ਹੁਣ ਜੀ ਜਿਹੜੇ ਆਪਾਂ ਰੂਟ ਤੇ ਜਾ ਰਹੇ ਆ, ਇਹਨੂੰ ਕਹਿੰਦੇ ਨੇ ਨਾਹਰਗੜ੍ਹ ਫੋਰਟ ਦਾ ਰੋਡ, ਤੇ ਤੁਸੀਂ ਇੱਥੋਂ ਦੇਖ ਸਕਦੇ ਹੋ ਉੱਪਰ ਫੋਰਟ ਹੈ, ਇਸ ਸਾਈਡ ਸਾਰਾ ਪਿੰਡ ਵਸਿਆ ਹੋਇਆ, ਜੈਪੁਰ ਸਿਟੀ ਥੱਲੇ ਤੁਸੀਂ ਦੇਖ ਸਕਦੇ ਹੋ। ਇਸ ਜਗ੍ਹਾ ਤੇ ਤੁਸੀਂ ਆਪਣਾ ਵਹੀਕਲ ਲੈ ਕੇ ਆ ਸਕਦੇ ਹੋ। ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਮੈਂ ਜੋਤ ਕੌਰ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਪਰ ਸਵਾਗਤ ਕਰਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਉ, ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਹੁਣ ਆਪਾਂ ਵਿਜ਼ਿਟ ਕਰ ਰਹੇ ਹਾਂ ਜੈਪੁਰ ਦੀ ਇੱਕ ਨਵੀਂ ਡੈਸਟੀਨੇਸ਼ਨ ਜਿਸ ਦਾ ਨਾਮ ਹੈ ਜੈਗੜ੍ਹ ਫੋਰਟ ਜੀ। ਆਪਾਂ ਇਸ ਨੂੰ ਪੂਰੀ ਦੇਖਾਂਗੇ, ਇਸ ਦੀ ਹਿਸਟਰੀ ਨੂੰ ਦੇਖਾਂਗੇ। ਇੱਥੇ ਇੱਕ ਦੁਨੀਆ ਦੀ ਸਭ ਤੋਂ ਵੱਡੀ ਤੋਪ ਪਈ ਹੈ ਜੀ, ਆਪਾਂ ਉਹਨੂੰ ਵੀ ਦੇਖਾਂਗੇ ਜੀ, ਉਹਦੇ ਕੀ ਖਾਸ ਹੈ ਆਪਾਂ ਦੇਖਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ, ਵੀਡੀਓ ਸਕਿਪ ਨਾ ਕਰਿਓ ਜੀ। ਆਓ ਚਲੀਏ ਜੀ ਜੈਗੜ੍ਹ ਫੋਰਟ ਨੂੰ ਵਿਜ਼ਿਟ ਕਰਦੇ ਹਾਂ ਜੀ। ਇਹ ਜਿਹੜਾ ਤੁਸੀਂ ਸਾਰਾ ਰੋਡ ਦੇਖ ਰਹੇ ਹੋ, ਇਹ 2 ਕਿਲੋਮੀਟਰ ਦਾ ਰੋਡ ਹੈ, ਬਹੁਤ ਚੜ੍ਹਾਈ ਹੈ ਇਸ ਰੋਡ ਉੱਪਰ। ਇੱਦਾਂ ਦੇ 12 ਮੋੜ ਆਉਂਦੇ ਨੇ ਜੀ ਇਸ ਰੋਡ 'ਤੇ। ਰੋਡ ਦਾ ਨਾਮ ਹੈ ਨਾਹਰਗੜ੍ਹ ਰੋਡ। ਉੱਪਰ ਤੁਸੀਂ ਫੋਰਟ ਦੇਖ ਸਕਦੇ ਹੋ, ਅਤੇ ਫੋਰਟ ਬਹੁਤ ਹੀ ਉੱਚਾ ਬਣਿਆ ਹੋਇਆ, ਅਤੇ ਫੋਰਟ ਦੇ ਥੱਲੇ ਤੁਸੀਂ ਪਿੰਕ ਸਿਟੀ ਜੈਪੁਰ ਨੂੰ ਦੇਖ ਸਕਦੇ ਹੋ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਸਿਟੀ ਹੈ ਇਹ। ਉੱਪਰੋਂ ਦੇਖਣ ਨੂੰ ਬਹੁਤ ਹੀ ਸਰੈਨਿਕ ਵਿਊ ਹੈ। ਆਪਾਂ ਜੀ ਫਸਟ ਗੇਟ ਵਿੱਚ ਐਂਟਰੀ ਕਰ ਰਹੇ ਹਾਂ। ਇਹ ਹੈ ਜੀ ਸੈਕਿੰਡ ਗੇਟ, ਜਿਹਦੇ ਵਿੱਚੋਂ ਆਪਾਂ ਐਂਟਰ ਹੋ ਕੇ ਜੈਗੜ੍ਹ ਫੋਰਟ ਨੂੰ ਜਾ ਸਕਦੇ ਹਾਂ ਜੀ। ਆਪਾਂ ਜਾ ਰਹੇ ਹਾਂ ਜੈਗੜ੍ਹ ਫੋਰਟ ਵੱਲ। ਆਹ ਜੀ ਰੋਡ ਹੈ, ਤੁਸੀਂ ਦੇਖ ਸਕਦੇ ਹੋ ਸਾਈਡ 'ਤੇ ਮਾਊਂਟੇਨਸ ਨੇ, ਬਹੁਤ ਹੀ ਉੱਚਾ ਇਹ ਜੈਗੜ੍ਹ ਫੋਰਟ ਬਣਿਆ ਹੋਇਆ। ਜੈਗੜ੍ਹ ਫੋਰਟ ਅਤੇ ਅਮੇਰ ਫੋਰਟ ਨੂੰ ਜਿਹੜੀ ਦੀਵਾਰ ਕਵਰ ਕਰਦੀ ਹੈ, ਸਰਾਊਂਡ ਕਰਦੀ ਹੈ, 12 ਕਿਲੋਮੀਟਰ ਲੰਬੀ ਵਾਲ ਹੈ ਜੀ ਉਹ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਉ, ਬੈਲ ਆਈਕਨ ਜ਼ਰੂਰ ਦਬਾ ਕੇ ਆਲ 'ਤੇ ਕਲਿੱਕ ਕਰ ਲਿਓ ਜੀ, ਤਾਂ ਕਿ ਤੁਹਾਨੂੰ ਹਮੇਸ਼ਾ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਜੀ। ਅਸੀਂ ਜਾ ਰਹੇ ਹਾਂ ਜੀ ਆਪਣੀ ਬਾਈਕ 'ਤੇ, ਸਕੂਟੀ 'ਤੇ, ਜਿਹੜੀ ਕਿ ਅਸੀਂ ਰੈਂਟ 'ਤੇ ਲਈ ਸੀ। ਜੇਕਰ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਤਾਂ ਸਾਡੀ ਪਿਛਲੀ ਵੀਡੀਓ ਜਿਹਦੇ ਵਿੱਚ ਅਸੀਂ ਜੈਗੜ੍ਹ ਫੋਰਟ ਨੂੰ ਕਵਰ ਕੀਤਾ ਸੀ, ਉਹਨੂੰ ਦੇਖ ਸਕਦੇ ਹੋ ਜੀ। ਉੱਧਰ ਬਣਿਆ ਹੋਇਆ ਜੀ ਜਲ ਮਹਿਲ, ਅਤੇ ਸਨਰਾਈਜ਼ ਹੋ ਰਿਹਾ। ਨੀਚੇ ਹੈ ਜੀ ਜਲ ਮਹਿਲ। ਜਦੋਂ ਅਸੀਂ ਜੈਪੁਰ ਆਉਂਗੇ ਤਾਂ ਅਸੀਂ ਗੱਲ ਨੋਟਿਸ ਕਰੋਂਗੇ, ਚਾਹੇ ਤੁਸੀਂ ਈਅਰ ਦੇ ਐਂਡ ਦੇ ਵਿੱਚ ਆਓ, ਪਰ ਇੱਥੇ ਤੁਹਾਨੂੰ ਇੰਨੀ ਜ਼ਿਆਦਾ ਠੰਡ ਮਹਿਸੂਸ ਨਹੀਂ ਹੁੰਦੀ। ਲੋਕ ਆਮ ਹੀ ਸ਼ਾਰਟ ਪਾਉਂਦੇ ਨੇ ਅਤੇ ਹਾਫ ਬਾਜੂ ਦੀਆਂ ਟੀ ਸ਼ਰਟ ਅਤੇ ਸ਼ਰਟ ਪਾਉਂਦੇ ਰਹਿੰਦੇ ਨੇ। ਜ਼ਿਆਦਾ ਇੱਥੇ ਠੰਡ ਹੈ ਨਹੀਂ ਗੀ ਅਤੇ ਗਰਮੀ ਵੀ ਤੁਹਾਨੂੰ ਮਹਿਸੂਸ ਹੁੰਦੀ ਹੈ। ਜੈਗੜ੍ਹ ਫੋਰਟ ਨੂੰ ਜਾਂਦੇ ਹੋਏ ਕੁਛ ਕੁਛ ਜਗ੍ਹਾ 'ਤੇ ਟੀ ਪੁਆਇੰਟਸ ਵੀ ਆਉਂਦੇ ਨੇ ਜਿੱਥੇ ਤੁਸੀਂ 2-3 ਮਿੰਟ ਰੁਕ ਸਕਦੇ ਹੋ। ਆਪਾਂ ਜਾ ਰਹੇ ਹਾਂ ਜੀ ਜੈਗੜ੍ਹ ਫੋਰਟ ਨੂੰ। ਜਦੋਂ ਵੀ ਆਪਾਂ ਜੈਗੜ੍ਹ ਫੋਰਟ ਨੂੰ ਜਾਂਦੇ ਹਾਂ ਜੀ, ਤੁਸੀਂ ਇੱਥੇ ਕਾਫੀ ਮੋਰ ਮੋਰਨੀਆਂ ਦੇਖ ਸਕਦੇ ਹੋ। ਦੇਖੋ ਜੀ ਬਹੁਤ ਸੋਹਣੇ ਲੱਗ ਰਹੇ ਨੇ, ਕਾਫੀ ਮੋਰ ਨੇ ਜੀ ਇੱਥੇ।
ਹੁਣ ਆਪਾਂ ਜੀ ਵਿਜ਼ਿਟ ਕਰ ਰਹੇ ਹਾਂ ਜੈਗੜ ਫੋਰਟ ਨੂੰ। ਇਸ ਤੋਂ ਪਹਿਲਾਂ ਆਪਾਂ ਵਿਜ਼ਿਟ ਕੀਤਾ ਸੀ ਹਵਾ ਮਹਿਲ, ਪੰਨਾ ਮੀਨਾ ਕਾ ਕੁੰਡ, ਜਲ ਮਹਿਲ ਅਤੇ ਅੰਬੇਰ ਫੋਰਟ ਨੂੰ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਸਾਡੇ ਚੈਨਲ ਉੱਪਰ ਜਾ ਕੇ ਦੇਖ ਸਕਦੇ ਹੋ ਜੀ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੂ ਤਾਂ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨਾਲ, ਮਿੱਤਰਾਂ ਨਾਲ ਸ਼ੇਅਰ ਕਰਿਓ ਜੀ। ਸਾਈਡ ਬਣਿਆ ਹੋਇਆ ਜੀ ਜੈਗੜ ਫੋਰਟ ਦਾ ਟਿਕਟ ਕਾਊਂਟਰ, ਜਿੱਥੋਂ ਚਿਲਡਰਨ 5 to 12 ਈਅਰਸ ਦੇ ਲੈ ਸਕਦੇ ਨੇ ਟਿਕਟ ਐਟ 75 rupees। ਸਟੂਡੈਂਟ ਲਈ ਵੀ ਇੱਥੇ 75 rupees ਦੀ ਟਿਕਟ ਹੈ ਜੀ, ਤੁਸੀਂ ਦੇਖ ਸਕਦੇ। ਅਤੇ ਅਡਲਟ ਦੀ 150 rupees ਟਿਕਟ ਹੈ ਜੀ। ਇਹ ਬਣਿਆ ਹੋਇਆ ਜੀ ਟਿਕਟ ਕਾਊਂਟਰ ਜੈਗੜ ਫੋਰਟ 'ਚ। ਜਦੋਂ ਵੀ ਆਪਾਂ ਜੈਪੁਰ ਦੀ ਕਿਸੇ ਹਿਸਟੋਰੀਕਲ ਬਿਲਡਿੰਗ ਨੂੰ ਵਿਜ਼ਿਟ ਕਰੀਏ ਤਾਂ ਆਪਾਂ ਨੂੰ ਗਾਈਡ ਦੀ ਫੈਸਿਲਿਟੀ ਜ਼ਰੂਰ ਲੈ ਲੈਣੀ ਚਾਹੀਦੀ ਹੈ। ਅਸੀਂ ਜਦੋਂ ਅੰਬੇਰ ਫੋਰਟ ਕਵਰ ਕੀਤਾ ਸੀ ਤਾਂ ਉਹਦੇ ਵਿੱਚ ਵੀ ਅਸੀਂ ਗਾਈਡ ਦੀ ਫੈਸਿਲਿਟੀ ਲਈ ਸੀ। 1 to 4 ਪਰਸਨ ਦੇ ਲਈ ਗਾਈਡ 400 rupees ਦੇ ਵਿੱਚ ਮਿਲ ਜਾਂਦੇ ਨੇ। ਤੁਸੀਂ ਜਦੋਂ ਵੀ ਕੋਈ ਫੋਰਟ ਜਾਂ ਫਿਰ ਹਵਾ ਮਹਿਲ ਵਗੈਰਾ ਕੋਈ ਵੀ ਬਿਲਡਿੰਗ ਵਿਜ਼ਿਟ ਕਰੋ ਤਾਂ ਤੁਸੀਂ ਗਾਈਡ ਜ਼ਰੂਰ ਲੈ ਲਿਓ, ਤਾਂ ਕਿ ਤੁਹਾਨੂੰ ਉਸ ਜਗ੍ਹਾ ਨੂੰ ਘੁੰਮਣ ਲਈ ਇਨਫੋਰਮੇਸ਼ਨ ਮਿਲ ਸਕੇ, ਉਸ ਜਗ੍ਹਾ ਦੇ ਵਿੱਚ ਕੀ ਹੈ ਉਹ ਤੁਹਾਨੂੰ ਜਾਣਕਾਰੀ ਮਿਲ ਸਕੇ ਜੀ। ਰਾਜਾ ਨੇ ਇਸ ਕਿਲੇ ਕਾ ਨਾਮ ਰੱਖਾ ਜੈਗੜ ਕਿਲਾ ਯਾਨੀ ਕਿ ਉਸਨੇ ਪੂਰਾ ਨਿਰਮਾਣ ਕੀਆ ਨਾ ਸਰ ਇਸ ਕਿਲੇ ਕਾ ਇਸ ਵਜਹ ਉਨਕਾ ਨਾਮ ਰੱਖਾ ਗਿਆ ਜੈਗੜ ਕਿਲਾ 1720 ਮੇਂ ਇਸਕਾ ਪੂਰਾ ਨਿਰਮਾਣ ਹੁਆ 27 ਪੀੜੀਓ ਕਾ ਯੋਗਦਾਨ ਰਹਾ 720 ਸਾਲ ਲਗੇ ਇਸ ਕਿਲੇ ਕੋ ਬਨਾਤੇ ਬਨਾਤੇ ਅੱਛਾ ਜੀ ਲਾਸਟ ਮੇਂ ਰਾਜਾ ਜੈ ਸਿੰਘ ਜੀ ਥੇ ਇਨਕੇ ਨਾਮ ਸੇ ਰੱਖਾ ਗਿਆ ਔਰ ਇਨਹੋਨੇ ਸਰ ਯਹਾਂ ਆਰਮੀ ਪਰਪਸ ਸੇ ਬਨਾਇਆ ਹੁਆ ਕਿਲਾ। ਕਨੈਕਟਡ ਹੋ ਯਾਨੀ ਉਹ ਵੀ ਦੇਖੇਂਗੇ ਹਮ ਲੋਗ ਨਾ ਉਹ ਅਭੀ ਦਿਖਾਏਂਗੇ ਆਪਕੋ ਪਹਿਲੇ ਆਪਾਂ ਚਲੇਂਗੇ ਦੁਨੀਆ ਕੀ ਸਭਸੇ ਬੜੀ ਤੋਪ ਔਰ ਜੋ ਵੀ ਜੈ ਸਿੰਘ ਜੀ ਨੇ ਇੱਕ ਹੀ ਵਾਰ ਟੈਸਟਿੰਗ ਕੇ ਲਈ ਚਲਵਾਇਆ 1720 ਮੇਂ ਓਨਲੀ ਫੋਰ ਟੈਸਟਿੰਗ। ਹੁਣ ਆਪਾਂ ਦੇਖਣ ਜਾ ਰਹੇ ਹਾਂ ਜੀ ਜੈਵਾਨ ਤੋਪ, ਜੋ ਕਿ ਵਰਲਡ ਦੀ ਸਭ ਤੋਂ ਵੱਡੀ ਤੋਪ ਹੈ। 260 ਟਨ ਇਹਦਾ ਵਜ਼ਨ ਹੈ। ਹੁਣ ਤੁਹਾਨੂੰ ਦਿਖਾਉਂਦੇ ਹਾਂ, ਇਹਨੂੰ ਸਿਰਫ ਇੱਕ ਵਾਰ ਹੀ ਮਹਾਰਾਜਾ ਜੈ ਸਿੰਘ ਨੇ ਚਲਾਇਆ ਸੀ, ਉਹ ਵੀ ਟੈਸਟਿੰਗ ਵਾਸਤੇ, ਕਿਸੇ ਦੇ ਉੱਪਰ ਹਮਲਾ ਕਰਨ ਦੇ ਲਈ ਨਹੀਂ ਚਲਾਇਆ ਸੀ, ਸਿਰਫ ਟੈਸਟਿੰਗ ਦੇ ਲਈ ਇੱਕ ਵਾਰ ਇਸ ਤੋਪ ਨੂੰ ਚਲਾਇਆ ਗਿਆ ਸੀ। ਜੈਵਾਨ ਤੋਪ ਇਸ ਦਾ ਨਾਮ ਹੈ ਜੀ। ਜਿਹੜਾ ਆਪਾਂ ਅੰਬੇਰ ਫੋਰਟ ਦੇਖ ਕੇ ਆਏ ਹਾਂ ਉਹ ਕਾਫੀ ਨੀਵਾਂ ਹੈ ਜੇ ਆਪਾਂ ਕੰਪੇਅਰ ਕਰੀਏ ਜੈਗੜ ਫੋਰਟ ਦੇ ਨਾਲ। ਜੈਗੜ ਫੋਰਟ ਸੈਨਿਕਾਂ ਦੇ ਰਹਿਣ ਲਈ ਬਣਾਇਆ ਗਿਆ ਸੀ, ਅੰਬੇਰ ਫੋਰਟ ਮਹਾਰਾਜਾ ਅਤੇ ਮਹਾਰਾਣੀਆਂ ਦੇ ਰਹਿਣ ਲਈ ਜਿਹੜਾ ਫੋਰਟ ਸੀਗਾ। ਜੈਗੜ ਫੋਰਟ ਦੇ ਵਿੱਚ ਜ਼ਿਆਦਾਤਰ ਸੈਨਿਕ ਹੀ ਰਹਿੰਦੇ ਸਨ। ਜਿਹੜੀ ਆਪਾਂ ਟਨਲ ਦੇਖੀ ਸੀ ਅੰਬੇਰ ਫੋਰਟ ਵਿੱਚ, ਉਹ ਇੱਥੇ ਹੀ ਕਨੈਕਟ ਹੁੰਦੀ ਹੈ। ਅਤੇ ਸਿਪਾਹੀ ਜਿਹੜੇ ਸੀਗੇ ਉਹ, ਮਤਲਬ ਰਾਜੇ ਨੇ ਜਦੋਂ ਵੀ ਸਿਪਾਹੀਆਂ ਨੂੰ ਮਿਲਣਾ ਹੁੰਦਾ ਸੀ ਜਾਂ ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਸੀ ਤਾਂ ਉਹ ਇਸ ਜਗ੍ਹਾ ਉੱਪਰ ਆਉਂਦੇ ਸਨ। ਜਿਹੜਾ ਖੂਹ ਬਣਿਆ ਹੋਇਆ ਆ, ਇਹ ਖੂਹ ਦੇ ਵਿੱਚ ਕਹਿੰਦੇ ਚੂਨਾ ਤਿਆਰ ਕਰਦੇ ਹੁੰਦੇ ਸੀਗੇ। ਜਿਹੜਾ ਇਹ ਕਿਲਾ ਬਣਿਆ ਹੋਇਆ ਨਾ, ਚੂਨੇ ਨਾਲ ਅਤੇ ਮੁਲਤਾਨੀ ਮਿੱਟੀ ਨਾਲ ਬਣਿਆ ਹੋਇਆ ਆ।
ਆ ਤੁਸੀਂ ਦੇਖ ਸਕਦੇ ਹੋ ਚੂਨਾ ਸ਼ਿਵ ਜੀ ਦਾ ਮੰਦਿਰ ਹੈ ਚੂਨੇ ਅੱਜ ਵੀ ਮਜ਼ਬੂਤ ਆ ਚੂਨਾ ਇਹ ਸ਼ਿਵ ਜੀ ਮੰਦਿਰ ਹੈ ਸ਼ਿਵ ਜੀ ਭਗਵਾਨ ਜੀ ਦਾ ਮੰਦਿਰ ਇਹ ਜੀ ਸ਼ਿਵ ਜੀ ਭਗਵਾਨ ਜੀ ਦਾ ਮੰਦਿਰ ਹੈ ਜੀ ਤੁਸੀਂ ਦੇਖ ਸਕਦੇ ਹੋ ਲਗਾਤੇ ਹੈ ਡੇਲੀ ਸ਼ਾਮ ਕੇ ਟਾਈਮ ਮੇਂ 7 ਵਜੇ ਹਟਾਤੇ 6 ਵਜੇ ਇਸਕੋ ਹਾਂਜੀ ਅੱਛਾ ਜਿਸ ਤਿਰੰਗਾ ਰਾਤ ਕੋ ਮੈਂ ਨਹਿਰ ਦਾ ਵਾਈ ਨਹੀਂ ਮਿਲੇਗਾ ਨਾ ਵੈਸੇ ਨਹੀਂ ਮਿਲੇਗਾ ਇਹ ਕਭੀ ਵੀ ਅੱਛਾ ਔਰ ਇਸੀ ਸੰਕੇਤ ਸੇ ਮਿਲਤੇ ਇਸਕੇ ਉੱਪਰ ਇੱਕ ਛੋਟਾ ਉਹ ਝੰਡਾ ਹੋਤਾ ਸਵਾਈ ਝੰਡਾ ਅੱਛਾ ਜੋ ਰਾਜਾ ਜੀ ਜਬ ਯਹਾਂ ਜੈਪੁਰ ਕੇ ਅੰਦਰ ਆਮੇਰ ਸ਼ਹਿਰ ਕੇ ਅੰਦਰ ਹੋਤੇ ਹੈ ਤਭੀ ਲਗਾਤੇ ਸਾਹਮਣੇ ਇਹ ਝੰਡਾ ਦੇਖ ਰਹੇ ਹਾਂ ਇਹਨੂੰ ਮਹਾਰਾਜਾ ਜੈ ਸਿੰਘ ਦੇ ਸਮੇਂ ਲਗਾਇਆ ਗਿਆ ਸੀ ਇਹਦਾ ਨਾਮ ਹੈ ਪੰਚ ਰੰਗਾ ਝੰਡਾ ਕਿਉਂਕਿ ਇਹਦੇ ਵਿੱਚ 5 ਰੰਗ ਨੇ ਇਹਦੇ ਉੱਪਰ ਇੱਕ ਹੋਰ ਝੰਡਾ ਹੁੰਦਾ ਸੀ ਜਦੋਂ ਵੀ ਮਹਾਰਾਜਾ ਜੈ ਸਿੰਘ ਇਸ ਕਿਲ੍ਹੇ ਵਿੱਚ ਜਾਂ ਅੰਬੇਰ ਫੋਰਟ ਦੇ ਵਿੱਚ ਜਾਂ ਫਿਰ ਜੈਪੁਰ ਦੇ ਸ਼ਹਿਰ ਵਿੱਚ ਹੁੰਦੇ ਸਨ ਤਾਂ ਉਹ ਝੰਡੇ ਲਗਾਇਆ ਜਾਂਦਾ ਸੀ ਇਹ ਪ੍ਰਥਾ 317 ਸਾਲ ਪੁਰਾਣੀ ਹੈ ਅਤੇ ਅੱਜ ਵੀ ਚੱਲੀ ਆ ਰਹੀ ਹੈ ਇਹ ਝੰਡਾ ਸਵੇਰੇ 6 ਵਜੇ ਲਗਾਇਆ ਜਾਂਦਾ ਜੀ ਅਤੇ ਸ਼ਾਮ ਨੂੰ 6 ਵਜੇ ਉਤਾਰ ਲਿਆ ਜਾਂਦਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਅਤੇ ਇਨਫੋਰਮੇਸ਼ਨ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਇਹ ਇਨਫੋਰਮੇਸ਼ਨ ਮਿਲ ਸਕੇ ਜੀ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ 260 ਟਨ ਦੀ ਤੋਪ ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਤੋਪ ਹੈ ਉਸਨੂੰ ਦੇਖਾਂਗੇ ਅਤੇ ਆਪਾਂ ਦੇਖਦੇ ਹਾਂ ਕਿ ਜਦੋਂ ਜੇਲ੍ਹਾਂ ਵਿੱਚ ਫਿਲਮੀ ਐਕਟਰਸ ਪੱਥਰ ਤੋੜਦੇ ਹੁੰਦੇ ਨੇ ਉਸ ਸੀਨ ਦੀ ਸ਼ੂਟਿੰਗ ਵੀ ਇਸੇ ਜਗ੍ਹਾ ਹੁੰਦੀ ਹੈ ਜੀ ਉਹ ਤੁਹਾਨੂੰ ਜਗ੍ਹਾ ਵੀ ਦਿਖਾਵਾਂਗੇ ਇਸ ਲਈ ਸਾਡੇ ਨਾਲ ਅਗਲੀ ਵੀਡੀਓ ਵਿੱਚ ਵੀ ਬਣੇ ਰਹੋ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ